ਤਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਜੀ ਐਮਏ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤਾਂ ਹੀ ਦੋਸਤੋ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪ੍ਰੀ ਬੋਰਡ 2023 ਸਮਾਜਿਕ ਵਿਗਿਆਨ ਦੇ ਜਿਹੜੇ ਇੰਪੋਰਟੈਂਟ ਪ੍ਰਸ਼ਨ ਵਿਦ ਸੋਲੂਸ਼ਨ ਲੈ ਕੇ ਆ ਚੁੱਕੇ ਹਾਂ ਪੂਰੇ ਪ੍ਰਸ਼ਨ ਅੱਗੇ ਦੱਸਾਂਗੇ ਇਸ ਲਈ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਤੇ ਜੇਕਰ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਨੂੰ ਓਲ ਤੇ ਪ੍ਰੈਸ ਜਰੂਰ ਕਰ ਲੈਣਾ ਸਾਰਿਆਂ ਤੋਂ ਪਹਿਲਾ ਪ੍ਰਸ਼ਨ ਹੈ ਇੱਕ ਵਸਤੂਨਿਸ਼ਟ ਭਾਰਤ ਦਾ ਆਧੁਨਿਕ ਨਾਮ ਇੰਡੀਆ ਕਿਸ ਧਾਰਨਾ ਤੇ ਆਧਾਰਿਤ ਹੈ ਇਸ ਦਾ ਉੱਤਰ ਹੈ ਭਾਰਤ ਦਾ ਆਧੁਨਿਕ ਨਾਮ ਇੰਡੀਆ ਸਿੰਧੂ ਨਦੀ ਤੋਂ ਪਿਆ ਪ੍ਰਸ਼ਨ ਦੂਜਾ ਧਰਤੀ ਉੱਤੇ ਭਾਰਤ ਦੀ ਕੀ ਸਥਿਤੀ ਹੈ ਇਸ ਦਾ ਉੱਤਰ ਹੈਗਾ ਧਰਤੀ ਉੱਤੇ ਭਾਰਤ ਉੱਤਰੀ ਅਰਧ ਗੋਲੇ ਵਿੱਚ ਹੈ ਪ੍ਰਸ਼ਨ ਤੀਜਾ ਹੈਗਾ ਹਿੰਦ ਮਹਾਸਾਗਰ ਵਿੱਚ ਭਾਰਤ ਦੀ ਕੀ ਸਥਿਤੀ ਹੈ ਇਸ ਦਾ ਉੱਤਰ ਹੈਗਾ ਹਿੰਦ ਮਹਾਸਾਗਰ ਵਿੱਚ ਭਾਰਤ ਦੀ ਕੇਂਦਰੀ ਸਥਿਤੀ ਹੈ ਪ੍ਰਸ਼ਨ ਚੌਥਾ ਭਾਰਤ ਦਾ ਖੇਤਰਫਲ ਕਿੰਨਾ ਹੈ ਇਸ ਦਾ ਉੱਤਰ ਹੈਗਾ ਭਾਰਤ ਦਾ ਖੇਤਰਫਲ 32 ਲੱਖ 187263 ਵਰਗ ਕਿਲੋਮੀਟਰ ਹੈ। ਪ੍ਰਸ਼ਨ 5 ਹੈਗਾ ਭਾਰਤ ਦੇ ਉੱਤਰ-ਦੱਖਣੀ ਅਤੇ ਪੂਰਬ-ਪੱਛਮੀ ਸੀਮਾ ਬਿੰਦੂਆਂ ਵਿਚਕਾਰ ਲੰਬਾਈ ਕਿੰਨੀ ਹੈ? ਇਸ ਦਾ ਉੱਤਰ ਹੈਗਾ ਭਾਰਤ ਦੇ ਉੱਤਰ ਤੋਂ ਦੱਖਣ ਦੀ ਲੰਬਾਈ 3214 ਕਿਲੋਮੀਟਰ ਅਤੇ ਪੂਰਬ ਤੋਂ ਪੱਛਮ ਦੀ ਲੰਬਾਈ 2933 ਕਿਲੋਮੀਟਰ ਹੈ। ਪ੍ਰਸ਼ਨ ਸੀਮਾ ਭਾਰਤ ਦੀਆਂ ਥਲਵਤੀ ਅਤੇ ਸਟਟਵਤੀ ਸੀਮਾਵਾਂ ਕਿੰਨੀਆਂ ਲੰਬੀਆਂ ਹਨ? ਇਸ ਦਾ ਉੱਤਰ ਹੈਗਾ ਥਲਵਤੀ ਸੀਮਾ 15700 ਕਿਲੋਮੀਟਰ ਅਤੇ ਤਾਟਵਰਤੀ ਸੀਮਾ 6883 6083 ਕਿਲੋਮੀਟਰ ਲੰਬੀ ਹੈ। ਪ੍ਰਸ਼ਨ ਸਤਮਾ ਹੈਗਾ ਖੇਤਰਫਲ ਦੇ ਪੱਖੋਂ ਭਾਰਤ ਦਾ ਸੰਸਾਰ ਵਿੱਚ ਕੀ ਸਥਾਨ ਹੈ? ਉੱਤਰ ਹੈਗਾ ਇਸ ਦਾ ਸਤਮਾ ਸਾਡੇ ਅਜੋਕੇ ਪੰਜਾਬ ਰਾਜ ਦਾ ਜਨਮ ਕਦੋਂ ਹੋਇਆ? ਇਸ ਦਾ ਉੱਤਰ ਹੈਗਾ 1 ਨਵੰਬਰ 1966 ਨੂੰ ਪ੍ਰਸ਼ਨ ਨੋਮਾ ਅੱਜ ਦੇ ਭਾਰਤ ਦੀ ਭੂਗੋਲਿਕ ਪ੍ਰਬੰਧਕੀ ਵੰਡ ਕੀ ਹੈ? ਉੱਤਰ ਹੈਗਾ ਅੱਜ ਦੇ ਭਾਰਤ ਵਿੱਚ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਉਸ ਤੋਂ ਅਗੇ ਦਸਵਾਂ ਭਾਰਤ ਵਿੱਚ ਖੇਤਰ ਤੇ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡੇ ਰਾਜ ਅਤੇ ਸਭ ਤੋਂ ਛੋਟੇ ਰਾਜ ਦਾ ਨਾਮ ਲਿਖੋ ਖੇਤਰ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਰਾਜ Rajasthan ਖੇਤਰਫਲ ਦੀ ਦ੍ਰਿਸ਼ਟੀ ਤੋਂ ਸਭ ਤੋਂ ਛੋਟੇ ਰਾਜ ਦਾ ਨਾਮ Goa ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡੇ ਰਾਜ ਦਾ ਨਾਮ ਉੱਤਰ ਪ੍ਰਦੇਸ਼ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਛੋਟੇ ਰਾਜ ਦਾ ਨਾਮ Sikkim ਉਸ ਤੋਂ ਅਗੇ ਸਾਡੇ ਦੇਸ਼ ਵਿੱਚ ਮੌਜੂਦ ਕੁਦਰਤੀ ਬਨਸਪਤੀ ਦੇ ਵਿਦੇਸ਼ੀ ਜਾਤਾਂ ਦੇ ਨਾਮ ਅਤੇ ਮਾਤਰਾ ਦੱਸੋ ਉੱਤਰ ਹੈਗਾ ਦੇਸ਼ ਵਿੱਚ ਮੌਜੂਦ ਕੁਦਰਤੀ ਬਨਸਪਤੀ ਦੇ ਵਿਦੇਸ਼ੀ ਬਨਸਪਤੀ ਜਾਤਾਂ ਨੂੰ ਬੋਰੀਅਲ ਅਤੇ ਪੋਲਿਓ Oਸ਼ਣਖੰਡੀ ਕਿਹਾ ਜਾਂਦਾ ਹੈ ਇਹਨਾਂ ਦੀ ਮਾਤਰਾ 40% ਹੈ ਉਸ ਤੋਂ ਅਗਲਾ ਪ੍ਰਸ਼ਨ ਬੰਗਾਲ ਦੀ ਦਹਸ਼ਤ ਕਿਸ ਬਨਸਪਤੀ ਨੂੰ ਬਨਸਪਤੀ ਕਿਸਮ ਨੂੰ ਕਿਹਾ ਜਾਂਦਾ ਹੈ ਉੱਤਰ ਹੈਗਾ ਜਲ ਹਾਈਆ ਸੈਂਥ ਨਾਂ ਦੇ ਪੌਦੇ ਨੂੰ ਬੰਗਾਲ ਦੀ ਦਹਸ਼ਤ ਕਿਹਾ ਜਾਂਦਾ ਹੈ ਤੀਜਾ ਪ੍ਰਸ਼ਨ ਸਾਡੇ ਦੇਸ਼ ਵਿੱਚ ਸੰਸਾਰ ਦੇ ਮੁਕਾਬਲੇ ਕਿੰਨੇ ਪ੍ਰਤੀਸ਼ਤ ਭੂਮੀ ਜੰਗਲਾਂ ਨਾਲ ਟਕੀ ਹੋਈ ਹੈ ਇਸ ਦਾ ਉੱਤਰ ਹੈਗਾ ਸੰਸਾਰ ਦੀ 29.5% ਭੂਮੀ ਜੰਗਲਾਂ ਦੀ ਟਕੀ ਹੋਈ ਹੈ ਪਰੰਤੂ ਸਾਡੇ ਦੇਸ਼ ਵਿੱਚ ਭੂਮੀ ਦਾ ਸਿਰਫ 22.7% ਹਿੱਸਾ ਜੰਗਲਾਂ ਨਾਲ ਟਕਿਆ ਹੋਇਆ ਹੈ ਪ੍ਰਸ਼ਨ ਚੌਥਾ ਦੇਸ਼ ਦੇ ਸਭ ਤੋਂ ਵੱਧ ਤੇ ਘੱਟ ਜੰਗਲੀ ਖੇਤਰ ਕਿਸ ਰਾਜ ਤੇ ਸੰਗੀ ਖੇਤਰ ਵਿੱਚ ਮਿਲਦੇ ਹਨ ਉੱਤਰ ਹੈਗਾ ਸਭ ਤੋਂ ਵੱਧ ਜੰਗਲੀ ਖੇਤਰ ਰਾਜ ਤ੍ਰਿਪੁਰਾ ਸਭ ਤੋਂ ਘੱਟ ਜੰਗਲੀ ਖੇਤਰ ਰਾਜ ਪੰਜਾਬ ਸੰਗੀ ਖੇਤਰ ਵਿੱਚ ਸਭ ਤੋਂ ਵੱਧ ਜੰਗਲੀ ਖੇਤਰ ਅੰਡੇਮਾਨ ਨਿਕੋਬਰ ਦੀਪ ਸਮੂਹ ਸੰਗੀ ਖੇਤਰ ਵਿੱਚ ਸਭ ਤੋਂ ਘੱਟ ਜੰਗਲੀ ਖੇਤਰ ਦਿੱਲੀ ਅਗਲਾ ਹੈਗਾ ਪ੍ਰਸ਼ਨ ਰਾਜਵਣ ਕਿਸ ਨੂੰ ਕਹਿੰਦੇ ਹਨ ਉੱਤਰ ਹੈਗਾ ਰਾਜਵਣ ਉਹ ਵਣ ਹਨ ਜਿਸ ਤੇ ਕਿਸੇ ਰਾਜ ਸਰਕਾਰ ਦਾ ਅਧਿਕਾਰ ਹੁੰਦਾ ਹੈ ਅਗਲਾ ਪ੍ਰਸ਼ਨ ਓਸ਼ਨ ਸਦਾਬਹਾਰੀ ਬਨਸਪਤੀ ਵਿੱਚ ਉੱਗਣ ਵਾਲੇ ਦਰਖਤਾਂ ਦੇ ਨਾਮ ਲਿਖੋ ਉੱਤਰ ਹੈਗਾ ਓਸ਼ਨ ਸਦਾਬਹਾਰ ਬਨਸਪਤੀ ਵਿੱਚ ਉੱਗਣ ਵਾਲੇ ਦਰਖਤ ਮਹਗਨੀ ਬਾਸ ਰਾਵੜ ਨਾਰੀਲ ਤਾੜ ਰੋਜ ਵੱਡੂ ਲੋਹਾਕਾਨ ਗੁਰਜਨ ਬੈਂਤ ਹੋਪੀਆ ਨਾਗਕੇਸਰ ਚਪਲਾਸ ਚੰਬ ਚਾਪ ਮੈਰੀਲਸ ਤੇ ਕਦਮ ਆਦ ਹਨ ਸਤਮਾ ਪ੍ਰਚਨ ਅਰਧ ਖੁਸ਼ਕ ਪਾਚੜੀ ਬਨਸਪਤੀ ਦਾ ਵਿਨਾਸ਼ ਕਿਹੜੇ-ਕਿਹੜੇ ਤੱਤ ਕਰਕੇ ਹੋਇਆ ਕਿਹੜੇ-ਕਿਹੜੇ ਤੱਤ ਕਰਦੇ ਹਨ ਉੱਤਰ ਹੈਗਾ ਅਰਧ ਖੁਸ਼ਕ ਪਾਚੜੀ ਬਨਸਪਤੀ ਦੇ ਵਿਨਾਸ਼ ਦਾ ਕਾਰਨ ਜਨਸੰਖਿਆ ਦਾ ਵਧ ਰਹਾ ਲਗਾਤਾਰ ਦਬੋਹ ਹੈ ਜਿਸ ਕਾਰਨ ਖੇਤੀ ਖੇਤਰ ਦਾ ਵਿਸਤਾਰ ਹੋਇਆ ਹੈ ਜਿੱਥੇ ਕਿਤੇ ਵੀ ਖੇਤੀਬਾੜੀ ਯੋਗ ਜ਼ਮੀਨ ਮਿਲਦੀ ਹੈ ਦਰੱਖਤਾਂ ਨੂੰ ਬੇਰਮੀ ਨਾਲ ਕੱਟ ਦਿੱਤਾ ਜਾਂਦਾ ਹੈ ਉਸ ਤੋਂ ਅਗਲਾ ਪ੍ਰਸ਼ਨ ਖੁਸ਼ਕ ਵੰਸਪਤੀ ਵਿੱਚ ਮਿਲਣ ਵਾਲੇ ਦਰੱਖਤਾਂ ਦੇ ਨਾਂ ਤੇ ਖੇਤਰ ਦੱਸੋ ਉੱਤਰ ਹੈਗਾ ਖੁਸ਼ਕ ਵੰਸਪਤੀ ਵਿੱਚ ਮਿਲਣ ਵਾਲੇ ਦਰੱਖਤ ਕਿੱਕਰ ਜੰਡ ਤਰਮਾਤ੍ਰਿਸ ਰਾਮਬਾਸ ਖੈਰ ਪੀਪਲ ਖਜੂਰ ਖੇਜੜਾ ਬੈਠ ਅੱਕ ਨਿੰਬੂ ਡੰਡ ਠੋਹਰ ਮੂੰਜਕਾ ਆਧਨ ਇਹ ਬੰਸਪਤੀ ਇਸ ਬਨਸਪਤੀ ਵਿੱਚ ਪੱਛਮੀ ਰਾਜਸਥਾਨ, ਦੱਖਣੀ ਪੰਜਾਬ ਅਤੇ ਹਰਿਆਣਾ ਦੇ ਖੇਤਰਾਂ ਹੁੰਦੇ ਹਨ। ਅਗਲਾ ਪ੍ਰਸ਼ਨ ਜਵਾਰੀ ਬਨਸਪਤੀ ਦੇ ਦੂਸਰੇ ਦੂਸਰਾ ਨਾਂ ਕੀ ਹੈ? ਉੱਤਰ ਹੈਗਾ ਜਵਾਰੀ ਬਨਸਪਤੀ ਦੇ ਦੂਸਰੇ ਨਾਮ ਮੈੰਗੋਵ, ਦਲਦਲੀ, ਸਮੁੰਦਰੀ ਕਿਨਾਰੇ ਵਾਲੀ ਜਾਂ ਸਮੁੰਦਰੀ ਬਨਸਪਤੀ ਆਦ ਹਨ। ਅਗਲਾ ਪ੍ਰਸ਼ਨ 10ਵਾਂ ਪੂਰਬੀ ਹਿਮਾਲਿਆ ਵਿੱਚ 2500 ਮੀਟਰ ਤੋਂ ਵੱਧ ਉਚਾਈ ਤੇ ਮਿਲਣ ਵਾਲੇ ਦਰਖਤਾਂ ਦਾ ਨਾਮ ਪੂਰਬੀ ਹਿਮਾਲਿਆ ਵਿੱਚ 2500 ਮੀਟਰ ਤੋਂ ਵੱਧ ਉਚਾਈ ਤੇ ਮਿਲਣ ਵਾਲੇ ਦਰਖਤਾਂ ਦਰਖਤਾਂ ਦਾ ਨਾਮ ਦੇ ਨਾਮ ਸਿਲਵਰ ਸਿਲਵਰ ਫਾਰ ਪਾਈਨਸ ਸਪਰੂਪ ਦਿਉਦਾਰ ਅਤੇ ਨੀਲਾ ਪਾਈਨ ਆਦ ਹਨ 11ਵਾਂ ਪ੍ਰਸ਼ਨ ਦੱਖਣ ਦੀ ਪਠਾਰ ਵਿੱਚ ਪर्वतीय ਬਨਸਪਤੀ ਕਿਹੜੇ ਕਿਹੜੇ ਸਥਾਨਾਂ ਤੇ ਪੈਦਾ ਹੁੰਦੀ ਹੈ ਉੱਤਰ ਹੈਗਾ ਦੱਖਣ ਦੀ ਪਠਾਰ ਵਿੱਚ ਬਨਸਪਤੀ ਬਸਤਰ ਪੰਚਮੜੀ ਮਹਾ ਬਲੇਸ਼ਵਰ ਨੀਲਗਿਰੀ ਪਲਨੀ ਸ਼ਿਵਰਾਇ ਅਤੇ ਅਨਾਈ ਮਲਾਈ ਆਦ ਸਥਾਨਾਂ ਤੋਂ ਪੈਦਾ ਹੁੰਦੀ ਹੈ 12ਵਾਂ ਕਿਹੜੇ-ਕਿਹੜੇ ਦਰਖਤਾਂ ਤੇ ਸਿਹਤ ਵਰधक ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ? ਉੱਤਰ ਹੈਗਾ ਖੈਰ, ਸਿਲਕੋਨਾ, ਸਰਪਗੰਦਾ, ਬਿਹੜਾ, ਨਿੰਮ, ਆਵਲਾ ਆਦ ਦਰਖਤਾਂ ਤੋਂ ਸਿਹਤ ਵਰधक ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। 13ਵਾਂ ਪ੍ਰਸ਼ਨ ਚ ਚਮੜਾ ਰੰਗਣ ਲਈ ਕਿਹੜੇ ਦਰਖਤ ਦੀ ਸਹਾਇਤਾ ਲਈ ਜਾਂਦੀ ਹੈ? ਉੱਤਰ ਹੈਗਾ ਚਮੜਾ ਰੰਗਣ ਲਈ ਮੈਗਰੋਵ, ਕੱਚ, ਗੈਬੀਅਰ, ਹਰੜ, ਬਿਹੜਾ, ਆਵਲਾ ਅਤੇ ਕਿਕਰ ਆਦ ਦਰਖਤਾਂ ਦੀ ਸਹਾਇਤਾ ਲਈ ਜਾਂਦੀ ਹੈ। ਉਸ ਤੋਂ ਅਗਲਾ ਪ੍ਰਸ਼ਨ ਦੇਸ਼ ਵਿੱਚ ਜੀਵ ਜੰਤੂਆਂ ਦੀ ਸਾਂਭ ਸੰਭਾਲ ਲਈ ਕੀ ਉਪਰਾਲੇ ਕੀਤੇ ਜਾ ਰਹੇ ਹਨ ਉੱਤਰ ਹੈਗਾ ਜੀਵ ਜੰਤੂਆਂ ਦੀ ਸਾਂਭ ਸੰਭਾਲ ਲਈ 1972 ਵਿੱਚ ਭਾਰਤੀ ਵਣ ਜੀਵਨ ਸੁਰੱਖਿਆ ਨਿਯਮ ਬਣਾਇਆ ਗਿਆ ਲਗਭਗ 83835 ਵਰਗ ਕਿਲੋਮੀਟਰ ਖੇਤਰ ਜੋ ਪੂਰੇ ਦੇਸ਼ ਦਾ 2.7% ਅਤੇ ਕੁੱਲ ਵਣ ਖੇਤਰ ਦਾ 12% ਹੈ ਨੂੰ ਰਾਸ਼ਟਰੀ ਉਦਯਾਨ ਤੇ ਵਣ ਪ੍ਰਾਈ ਅਭਿਆਨ ਅਭਿਆਨ ਚਨ ਐਲਾਨਿਆ ਗਿਆ ਖਤਮ ਹੋਣ ਦੇ ਨੇੜੇ ਪੁੱਜੇ ਜੀਵਾ ਤੇ ਵਿਨਾਸ਼ 'ਚ ਵਿਸ਼ੇਸ਼ ਧਿਆਨ ਦਿੱਤਾ ਜਾਣ ਲੱਗਾ ਪਸ਼ੂ ਪੰਛੀਆਂ ਦੀ ਗਿਣਤੀ ਦਾ ਕੰਮ ਰਾਸ਼ਟਰੀ ਪੱਧਰ ਤੇ ਸ਼ੁਰੂ ਕੀਤਾ ਗਿਆ ਦੇਸ਼ ਦੇ अनेका ਪਗਾ ਵਿੱਚ ਇਸ ਸਮੇਂ ਸੋਚਾਂ ਦੇ 16 16 ਰਾਖਵੇਂ ਖੇਤਰ ਹਨ ਇਸ ਤਰ੍ਹਾਂ ਅਸਾਮ ਵਿੱਚ ਗੋਡੇ ਦੀ ਸੰਭਾਲ ਦੇ ਇੱਕ ਵਿਸ਼ੇਸ਼ ਯੋਜਨਾ ਚਲਾਈ ਜਾ ਰਹੀ ਹੈ ਦੇਸ਼ ਵਿੱਚ ਜੀਵ ਰਾਖਵੇਂ ਖੇਤਰ ਸਥਾਪਿਤ ਕੀਤੇ ਜਾ ਰਹੇ ਹਨ ਇਸ ਯੋਜਨਾ ਦੇ ਅਧੀਨ ਸਭ ਤੋਂ ਪਹਿਲਾ ਜੀਵ ਰਾਖਵਾ ਖੇਤਰ ਨੀਲਗਿਰੀ ਵਿੱਚ ਬਣਾਇਆ ਗਿਆ ਇਹ ਚ ਯੋਜਨਾ ਦੇ ਅਧੀਨ ਹਰੇਕ ਜੰਤੂ ਅਤੇ ਪੌਦਿਆਂ ਦੀ ਸੰਭਾਲ ਲਾਜ਼ਮੀ ਹੈ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਵੱਡ ਮੁੱਲੀ ਕੁਦਰਤ ਕੁਦਰਤੀ ਦਾਤ ਹੈ ਉਸ ਤੋਂ ਅੱਗੇ ਪ੍ਰਸ਼ਨ ਹੈਗਾ ਮਿੱਟੀ ਦੇ ਜਨਮ ਵਿੱਚ ਮੋਢਲੀ ਚਟਾਨ ਦਾ ਕੀ ਯੋਗਦਾਨ ਹੈ ਉੱਤਰ ਹੈਗਾ ਮਿੱਟੀ ਦੇ ਨਿਰਮਾਣ ਵਿੱਚ ਮੋਢਲੀ ਚਟਾਨ ਦਾ ਅਹਿਮ ਯੋਗਦਾਨ ਹੈ ਇਸ ਆਧਾਰ ਤੇ ਚਟਾਨਾਂ ਦੇ ਤੌਰ ਤੇ ਦੇਸ਼ ਦੇ ਉੱਤਰੀ ਮੈਦਾਨ ਦੀਆਂ ਤਹਿਦਰ ਚਟਾਨਾਂ ਵੱਖਰੇ ਵੱਖਰੇ ਖਣਿਜਾਂ ਦੇ ਇਕੱਤਰ ਹੋਣ ਕਰਕੇ ਸਭ ਤੋਂ ਵਧੀਆ ਕਿਸਮ ਦੀ ਮਿੱਟੀ ਪ੍ਰਦਾਨ ਕਰਦੀਆਂ ਹਨ ਦੂਸਰੇ ਸਥਾਨਾਂ ਤੇ ਉਪਜਾਊਪਨ ਦੇ ਪੱਖੋਂ ਦੇਸ਼ ਦੇ ਪਠਾਰੀ ਭਾਗਾਂ ਦੀਆਂ ਲਾਵੇ ਵਾਲੀਆਂ ਚਟਾਨਾਂ ਜੋਨਲ ਮਿੱਟੀਆ ਨੂੰ ਜਨਮ ਦਿੰਦੀਆਂ ਹਨ ਜੋ ਆਪਣੇ ਅੰਦਰ ਮਿਲਣ ਵਾਲੇ ਖਣਿਜ ਪਦਾਰਥਾਂ ਕਰਕੇ ਉਪਜਾਊ ਹੁੰਦੀਆਂ ਹਨ ਦੂਜਾ ਪ੍ਰਸ਼ਨ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਕੀ ਕਰਨਾ ਚਾਹੀਦਾ ਹੈ ਉੱਤਰ ਹੈਗਾ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ ਅਸੀਂ ਆਪਣੇ ਤੇ ਆਪਣੇ ਆਲੇ ਦੁਆਲੇ ਦੀ ਮਿੱਟੀ ਤੇ ਬਨਸਪਤੀ ਦੀ ਰਾਖੀ ਕਰੀਏ ਇਸ ਲਈ ਹੀਟ ਲਈ ਕੇ ਪਾ ਕਰ ਸਕਦੇ ਹਨ ਨੰਬਰ 1 ਪੰਜਾਬ ਹਰਿਆਣਾ ਗੁਜਰਾਤ ਰਾਜਸਥਾਨ ਉਤਰਾਂਚਲ ਅਤੇ ਉੱਤਰ ਪ੍ਰਦੇਸ਼ ਵਿੱਚ ਪੈੜਾਂ ਦੀ ਰਫ਼ਤਾਰ ਨੂੰ ਘੱਟ ਕਰਨ ਲਈ ਦਰਖਤਾਂ ਦੀਆਂ ਕਤਾਰਾਂ ਖੜ੍ਹੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਰੇਤ ਦੇ ਟਿੱਬਿਆਂ ਦੇ ਘਾਹ ਉਗਾ ਕੇ ਉਹਨਾਂ ਦੇ ਵਾਦੇ ਤੇ ਰੋਕ ਲਗਾਈ ਜਾਣੀ ਚਾਹੀਦੀ ਹੈ ਨੰਬਰ 2 ਪਹਾੜੀ ਭਾਗਾਂ ਤੇ ਪੌੜੀਦਾਰ ਵਟ ਵਹਾਈ ਤੇ ਛੋਟੇ ਛੋਟੇ ਜਲ ਭੰਡਾਰ ਬਣਾਏ ਜਾਣੇ ਚਾਹੀਦੇ ਹਨ ਨੰਬਰ 3 ਮੈਦਾਨਾ ਮੈਦਾਨੀ ਭਾਗਾਂ ਵਿੱਚ ਜ਼ਮੀਨ ਨੂੰ ਬਨਸਪਤੀ ਨਾਲ ਢਕਾਣਾ ਫਸਲ ਉਦਬੇਚ ਬਦਲਣਾ ਦਰਸ਼ੀਵਾਹੀ ਅਤੇ ਦੇਸੀ ਖਾਦ ਰਾਹੀਂ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਨੰਬਰ 4 ਪਹਾੜੀ ਖੇਤरां ਵਿੱਚ ਭੇਡਾਂ, ਬੱਕਰੀਆਂ ਤੇ ਉਂਠਾਂ ਦੁਆਰਾ ਬੇਰੋਕ ਟੋਕ ਚਰਾਇ ਤੇ ਨਿਯੰਤਰਣ ਕਰਕੇ ਅਤੇ ਹੋਰ ਦਰਖਤ ਲਗਾ ਕੇ ਕੁਦਰਤੀ ਵੰਸਪਤੀ ਦੀ ਸੰਭ ਸੰਭਾਲ ਕੀਤੀ ਜਾਣੀ ਚਾਹੀਦੀ ਹੈ। ਉਸ ਤੋਂ ਅਗਲਾ ਪ੍ਰਸ਼ਨ ਮਿੱਟੀ ਦੇ ਦਲਦਲੀ ਮਿੱਟੀ ਤੇ ਸੰਖੇਪ ਨੋਟ ਲਿਖੋ। ਉੱਤਰ ਹੈਗਾ ਇਹ ਮਿੱਟੀ ਕੇਵਲ 150 ਵਰਗ ਕਿਲੋਮੀਟਰ ਦੇ ਸਿੱਲੇ ਖੇਤਰਾ ਵਿੱਚ ਮਿਲਦੀ ਹੈ। ਇਸ ਦਾ ਵਿਸਥਾਰ ਸੁੰਦਰਥਨ ਡੈਲਟਾ 오ਡੀਸਾ ਦੇ ਤੱਟਵਰਤੀ ਖੇਤਰ, ਤਾਮਿਲਨਾਡੂ ਦੇ ਦੱਖਣ ਪੂਰਬੀ ਤੱਟਵਰਤੀ ਹਿੱਸੇ, ਮਧਵਰਤੀ ਬਿਹਾਰ ਤੇ ਉੱਤਰ ਪ੍ਰਦੇਸ਼ ਦਾ ਅਲਮੋੜਾ ਜ਼ਿਲ੍ਹਾ ਆਦ ਕਈ ਖੇਤਰਾਂ ਵਿੱਚ ਮਿਲਦੀ ਹੈ। ਇਨ੍ਹਾਂ ਦਾ ਰੰਗ ਜੈਵਿਕ ਪਦਾਰਥਾਂ ਦੀ ਬਹੁਤਾਤ ਕਾਰਨ ਕਾਲਾ ਤੇ ਜਾਬੀ ਸੁਭਾਵ ਵਾਲਾ ਹੁੰਦਾ ਹੈ। ਇਨ੍ਹਾਂ ਪੀੜੀਆਂ ਨੂੰ ਕੇਰਲਾ ਵਿੱਚ ਕਾਫੀ ਮਿੱਟੀਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜੈਵਿਕ ਪਦਾਰਥਾਂ ਵਿੱਚ ਲੋਹੇ ਦੇ ਅੰਸ਼ਾਂ ਦੀ ਮੌਜੂਦਗੀ ਦੇ ਕਾਰਨ ਇਹ ਨੀਲੇ ਰੰਗ ਵਿੱਚ ਰੰਗ ਵਾਲੀਆਂ ਭਾਰੀਆਂ ਮਿੱਟੀਆਂ ਵੀ ਬਣ ਜਾਂਦੀਆਂ ਹਨ। ਉਸ ਤੋਂ ਅਗਲਾ ਪ੍ਰਸ਼ਨ ਮਿੱਟੀ ਦਾ ਕਟਾ ਕਿੰਨੀ ਤਰ੍ਹਾਂ ਦਾ ਹੁੰਦਾ ਹੈ? ਉੱਤਰ ਹੈਗਾ ਮਿੱਟੀ ਦਾ ਕਟਾ ਤਿੰਨ ਕਿਸਮ ਦਾ ਹੋ ਸਕਦਾ ਹੈ ਜੋ ਹੈਟਲਿਕ ਅਨੁਸਾਰ ਹੈ। ਨੰਬਰ 1 ਤੈਦਰ ਕਟਾ ਇਸ ਤਰ੍ਹਾਂ ਦੇ ਕਟਾ ਵਿੱਚ ਪਾਉਣ ਜਾਂ ਦਰਿਆਈ ਪਾਣੀ ਪਾਈ ਦੁਆਰਾ ਲੰਬੇ ਸਮੇਂ ਤੱਕ ਵਹਿਣ ਤੋਂ ਬਾਅਦ ਧਰਾਤਲ ਤੇ ਵਿਸ਼ੀ ਉੱਪਰਲੀ ਤੈ ਨੂੰ ਪੂਰੇ ਦੇ ਪੂਰੇ ਘੋਲ ਖੋਰ ਜਾਂ ਉਡਾ ਕੇ ਦੂਸਰੇ ਸਥਾਨ ਤੇ ਭੇਜ ਦਿੱਤਾ ਜਾਂਦਾ ਹੈ। ਨੰਬਰ 2 ਨਾਲੀਦਾਰ ਕਟਾ ਮੌਲੀਤਾਰ بارش ਦੇ ਸਮੇਂ ਵਾਧੂ ਪਈ ਪਾਈ ਦੇ ਪਾਣੀ ਦੇ ਘਟ ਚੜਾਈ ਵਾਲੀਆਂ ਨਾਲੀਆਂ ਬਣਾ ਕੇ ਚੱਲਣ ਨਾਲ ਧਰਾਤਲ ਤੇ ਲੰਬੀਆਂ ਲੰਬੀਆਂ ਖਾਈਆਂ ਜਾਂ ਚੋਅ ਬਣਾ ਦਿੱਤੇ ਜਾਂਦੇ ਹਨ ਜੋ ਬਾਅਦ ਵਿੱਚ ਹੋਰ ਡੂੰਘੇ ਹੁੰਦੇ ਜਾਂਦੇ ਹਨ ਉਸ ਤੋਂ ਅੱਗੇ ਪ੍ਰਸ਼ਨ 6ਵਾਂ ਹੈਗਾ ਮਿੱਟੀ ਦਾ ਘਟਾ ਕੀ ਹੈ ਤੇ ਕਿਉਂ ਹੁੰਦਾ ਹੈ ਇਸ ਦੀ ਖੇਤਰੀਵੰਡ ਕੀ ਹੈ ਇਸ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ਉੱਤਰ ਹੈਗਾ ਮਿੱਟੀ ਮਿੱਟੀ ਦਾ ਘਟਾ ਧਰਾਤਲ ਉੱਪਰ ਮਿਲਣ ਵਾਲੀ ਮੋਟੀ ਤੈ ਦੇ ਭੌਤਿਕ ਜਾਂ ਗੈਰ ਭੌਤਿਕ ਤੱਤਾਂ ਦੁਆਰਾ ਆਪਣੇ ਮੂਲ ਸਥਾਨ ਤੋਂ ਟੁੱਟਣ ਜਾਂ ਖਟਨ ਦੀ ਮਿੱਟੀ ਦਾ ਕਟਾ ਕਿਹਾ ਜਾਂਦਾ ਹੈ ਖੇਤਰੀਵੰਡ ਨੰਬਰ 1 ਸ਼ਿਵਾਲਿਕ ਦੇ ਖੇਤਰਾਂ ਵਿੱਚ ਕੁਦਰਤੀ ਪੰਛਪਤੀ ਦਾ ਬੇਤਹਾਸ਼ਕਟਾ ਹੋ ਰਿਹਾ ਹੈ ਨੰਬਰ 2 ਪੰਜਾਬ ਦੇ ਹੁਸਿਆਰਪੁਰ ਤੇ ਰੋਪੜ ਜ਼ਿਲ੍ਹੇ ਵਿੱਚ ਨਾਲੀਆਂ ਤੇ ਚੋਆ ਨੇ ਬਨਸਪਤੀ ਦੀ ਘਾਟ ਕਾਰਨ ਜ਼ਮੀਨ ਨੂੰ ਬੰਜਰ ਬਣਾ ਦਿੱਤਾ ਹੈ ਨੰਬਰ 3 ਹਰਿਆਣਾ ਦੇ ਪੂਰਬੀ ਰਾਜਸਥਾਨ ਪੱਛਮੀ ਉੱਤਰ ਪ੍ਰਦੇਸ਼ ਤੇ ਉੱਤਰ ਪੱਛਮੀ ਗੁਜਰਾਤ ਵਿੱਚ ਤੇਜ਼ ਪੌਣਾ ਕਾਰਨ ਮਿੱਟੀ ਦਾ ਕਟਾ ਹੋ ਰਿਹਾ ਹੈ ਨੰਬਰ 4 ਦੇਸ਼ ਦੇ ਉੱਤਰ ਪੂਰਬੀ ਰਾਜਾਂ ਵਿੱਚ ਪੱਛਮੀ ਬੰਗਾਲ ਸਮੇਤ ਭਾਰੀ ਵਰਖਾ ਤੇ ਹੜ੍ਹਾਂ ਦੇ ਕਾਰਨ ਕਾਫੀ ਮਿੱਟੀ ਚੜ ਜਾਂਦੀ ਹੈ ਮਿੱਟੀ ਦੀ ਸੰਭਾਲ ਨੰਬਰ 1 ਸਰਕਾਰ ਨੇ 1953 ਵਿੱਚ ਕੇਂਦਰੀ ਮਿੱਟੀ ਰੱਖਿਆ ਬੋਰਡ ਦੀ ਸੰਸਥਾ ਦੇ ਰਾਜਾਂ ਰਾਜ ਸਰਕਾਰਾਂ ਨੇ ਮਿੱਟੀ ਜਾਂਚ ਕੇਂਦਰ ਖੋਲੇ ਖੋਲ ਕੇ ਮਿੱਟੀ ਦੇ ਘਟਾ ਦੀ ਸਮੱਸਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਨੰਬਰ 2 ਪੰਜਾਬ ਹਰਿਆਣਾ ਗੁਜਰਾਤ ਰਾਜਸਥਾਨ ਉੱਤਰਾੰਚਲ ਅਤੇ ਉੱਤਰ ਪ੍ਰਦੇਸ਼ ਵਿੱਚ ਪੌਣਾ ਦੀ ਰੁਫਤਾਰ ਨੂੰ ਘਟਾਉਣ ਵਾਸਤੇ ਦਰਖਤਾਂ ਦੀਆਂ ਕਤਾਰਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ ਨੰਬਰ 3 ਪਹਾੜੀ ਖੇਤਰਾਂ ਵਿੱਚ ਭੇਡਾਂ ਬੱਕਰੀਆਂ ਅਤੇ ਉਹਨਾਂ ਦੁਆਰਾ ਬੇਰੋਕ ਟੋਕ ਚਰਾਇ ਤੇ ਨਿਯੰਤਰਣ ਕੀਤਾ ਗਿਆ ਨੰਬਰ 3 ਨੰਬਰ 4 ਪਹਾੜੀ ਖੇਤਰਾਂ ਵਿੱਚ ਵੀ ਵੱਧ ਤੋਂ ਵੱਧ ਦਰਖਤ ਲਗਾ ਕੇ ਕੁਦਰਤੀ ਵੰਸਪਤੀ ਦੀ ਸੰਭਾਲ ਕੀਤੀ ਜਾ ਰਹੀ ਹੈ। ਉਸ ਤੋਂ ਅਗਲਾ ਪ੍ਰਸ਼ਨ ਭਾਰਤ ਦੀ ਭੂਗੋਲਿਕ ਸਥਿਤੀ ਦਾ ਦੇਸ਼ ਦੀ ਸੁਰੱਖਿਆ, ਜਲਵਾਯੂ ਉਪਾਰ ਅਤੇ ਸੱਭਿਆਚਾਰ ਤੇ ਕੀ ਪ੍ਰਭਾਵ ਪੈਂਦਾ ਹੈ? ਉੱਤਰ ਹੈ ਕਿ ਜਾਣ ਪਛਾਣ ਭਾਰਤ ਏਸ਼ੀਆ ਮਹਾਦੀਪ ਦੇ ਦੱਖਣ ਵਿੱਚ ਫੈਲਿਆ ਹੋਇਆ ਇੱਕ ਵਿਸ਼ਾਲ ਦੇਸ਼ ਹੈ ਜਿਸ ਦੀਆਂ ਹੱਦਾਂ ਵੱਖ-ਵੱਖ ਠੱਲੀ ਰਚਨਾਵਾਂ ਨਾਲ ਬਣੀਆਂ ਹਨ ਜੋ ਇਸ ਨੂੰ ਆਸ-ਪਾਸ ਦੇ ਖੇਤਰ ਤੋਂ ਵੱਖ ਕਰਦੀਆਂ ਹਨ। ਆਉ ਦੇਖੇਗੀ ਭਾਰਤ ਦੀ ਸਥਿਤੀ ਦਾ ਦੇਸ਼ ਦੀ ਸੁਰੱਖਿਆ ਜਲਵਾਯੂ ਵਪਾਰ ਅਤੇ ਸੱਭਿਆਚਾਰ ਉੱਤੇ ਕੀ ਪ੍ਰਭਾਵ ਪੈਂਦੇ ਹਨ ਭਾਰਤ ਦੇ ਉੱਤਰੀ ਸਿਰੇ ਤੋਂ ਮਹਾਨ ਹਿਮਾਲਿਆ ਦੀ ਪਹਾ੍ਰਦੀ ਦੀਵਾਰ ਤੇ ਦੱਖਣ ਵੱਲ ਵਿਸ਼ਾਲ ਹਿੰਦ ਹਿੰਦ ਮਹਾਸਾਗਰ ਹੈ ਇੱਕ ਪਾਸੇ ਅਰਬ ਸਾਗਰ ਅਤੇ ਦੂਸਰੇ ਪਾਸੇ ਬੰਗਾਲ ਦੀ ਖਾੜੀ ਹੈ ਭਾਰਤ ਨੂੰ ਹਿੰਦ ਮਹਾਸਾਗਰ ਵਿੱਚ ਕੇਂਦਰੀ ਸਥਿਤੀ حاصل ਹੈ ਕੇਂਦਰੀ ਸਥਿਤੀ ਹੋਣ ਕਰਕੇ ਇਸ ਨੇ ਪਿਛਲੇ ਦਹਾਕੇ ਵਿੱਚ ਸ਼੍ਰੀਲੰਕਾ ਅਤੇ ਦਸ਼ਤ ਗਰਦੀ ਨੂੰ ਦਬਾਉਣ ਅਤੇ ਮਾਲਦੀਵ ਨੂੰ ਸਮੁੰਦਰੀ ਲੁੱਟੇਰਾਂ ਤੋਂ ਬਚਾਉਣ ਵਿੱਚ ਸ਼ਕਤੀ ਛੜੀ ਜਲ ਸੈਨਾ ਦੀ ਵਰਤੋਂ ਕਰਕੇ ਸ਼ਾਂਤੀ ਸਥਾਪਿਤ ਕਰਨ ਲਈ ਕਾਮਯਾਬੀ ਹਾਸਲ ਕੀਤੀ ਸੀ ਭਾਰਤ ਨੇ ਥਲੀ ਸਰਹੱਦਾਂ ਦੀ ਸੁਰੱਖਿਆ ਲਈ ਥਾਲੇ ਤੇ ਹਵਾਈ ਫੌਜਾਂ ਦਾ ਗਠਨ ਕੀਤਾ ਹੋਇਆ ਹੈ ਜਲਵਾਜੂ ਹਿਮਾਲਿਆ ਅਤੇ ਹਿੰਦ ਮਹਾਸਾਗਰ ਦੇ ਵਿਚਕਾਰ ਸਚਿਤਤ ਹੋਣ ਕਰਕੇ ਭਾਰਤ ਨੂੰ ਮਾਨਸੂਨ ਪਾਉਣ ਦਾ ਵਰਤਾਨ ਮਿਲਿਆ ਹੋਇਆ ਹੈ ਭਾਰਤ ਦੇ ਬਹੁਤ ਹਿੱਸੇ ਵਿੱਚ ਗਰਮੀ ਦੇ ਮੌਸਮ ਵਿੱਚ ਵਰਖਾ ਹੁੰਦੀ ਹੈ ਜਦਕਿ ਦੱਖਣੀ ਪੂਰਬੀ ਭਾਗਾਂ ਵਿੱਚ ਸਰਦੀ ਦੇ ਮੌਸਮ ਵਿੱਚ ਵਰਖਾ ਹੁੰਦੀ ਹੈ ਉਸ ਤੋਂ ਅੱਗੇ ਹੈਗਾ ਵਪਾਰ ਹਿੰਦ ਮਹਾਸਾਗਰ ਤੋਂ ਨਿਕਲਣ ਵਾਲੇ ਸਾਰੇ ਮਾਰਗ ਭਾਰਤ ਵਿੱਚੋਂ ਹੋ ਕੇ ਨਿਕਲਦੇ ਹਨ ਇਹ ਮਾਰਗ ਇੱਕ ਪਾਸੇ ਭਾਰਤ ਨੂੰ ਯੂਰਪ ਅਤੇ ਅਮਰੀਕਾ ਦੇ ਦੇਸ਼ਾਂ ਨਾਲ ਜੋੜਦੇ ਹਨ ਅਤੇ ਦੂਸਰੇ ਪਾਸੇ ਆਸਟ੍ਰੇਲੀਆ ਪੂਰਬੀ ਏਸ਼ੀਆ ਅਤੇ ਤੁਰਪੂਰਬ ਨਾਲ ਜੋੜਦੇ ਹਨ ਸuez ਨਹਿਰ ਦੇ ਖੁੱਲ ਜਾਣ ਨਾਲ ਤਾਂ ਭਾਰਤ ਦੀ ਵਪਾਰਿਕ ਮਹੱਤਤਾ ਹੋਰ ਵੀ ਵੱਧ ਗਈ ਹੈ ਉਸ ਤੋਂ ਗਿਆ ਸੱਭਿਆਚਾਰ ਭਾਰਤ ਦੇ ਉੱਤਰ ਪੱਛਮੀ ਦਰਿਆ ਤੋਂ ਆਈ ਹੈ ਯੂਨਾਨੀ ਤੁਰਕ ਅਤੇ ਮੁਗਲ ਆਦ ਅਨੇਕਾਂ ਵਿਦੇਸ਼ੀ ਜਾਤੀਆਂ ਇੱਥੇ ਆਈਆਂ ਅਤੇ ਇਸ ਦੇਸ਼ ਵਿੱਚ ਵਸ ਗਈਆਂ ਇਨ੍ਹਾਂ ਵੱਖ-ਵੱਖ ਭਾਸ਼ਾ ਇਹ ਜਾਤੀਆਂ ਨੇ ਭਾਰਤ ਦੇ ਲੋਕਾਂ ਨਾਲ ਮੇਲ-ਮਲਾਜੋਲ ਵਧਾਇਆ ਅਤੇ ਭਾਰਤੀ ਸੱਭਿਆਚਾਰ ਨੂੰ ਨਵੇਂ ਰੰਗ ਵਿੱਚ ਰੰਗਿਆ ਇਸ ਆਪਸੀ ਮੇਲ-ਮਲਾਪ ਨਾਲ ਭਾਰਤ ਦੇ ਲੋਕਾਂ ਵਿੱਚ ਪਹਿਰਾਵੇ ਰਹਿਣ-ਸਹਿਣ ਅਤੇ ਖਾਣ-ਪੀਣ ਵਿੱਚ ਅਨੇਕਾਂ ਤਬਦੀਲੀਆਂ ਆਈਆਂ ਸਿੱਟਾ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਆਪਣੀ ਸਥਿਤੀ ਦੇ ਕਾਰਨ ਦੁਨੀਆ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ ਦੇਸ਼ ਦੀ ਪਗੋਲੀ ਸਥਿਤੀ ਨੇ ਜਲਵਾਯੂ ਵਪਾਰ ਸੁਰੱਖਿਆ ਅਤੇ ਸੱਭਿਆਚਾਰ ਤੇ ਗਹਿਰਾ ਪ੍ਰਭਾਵ ਪਾਇਆ ਤਾਂ ਜੀ ਦੋਸਤੋ ਏਸੀ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਐਸਐਸਟੀ ਦੇ ਇੰਪੋਰਟੈਂਟ ਪ੍ਰਸ਼ਨ ਜੇਕਰ ਇਸ ਦਾ ਪੀਡੀਐਫ ਚਾਹੀਦਾ ਟੈਲੀਗ੍ਰam ਚੈਨਲ ਨੂੰ ਜੁਆਇਨ ਕਰਾ ਸਕਦੇ ਹਾਂ ਧੰਨਵਾਦ ਅੱਜ ਦੀ ਵੀਡੀਓ ਚ ਇੰਨਾ ਹੀ ਮਿਲਦੇ ਆਗੇ ਕਿਸੇ ਹੋਰ ਵੀਡੀਓ ਵਿੱਚ